अपने सपनों के घर की चाबी लो हरजीत संधू तो। ਭਾਜੀ ਤੁਸੀਂ ਆਏ ਹੋ ਨਵੇਂ ਤੇ ਟੈਕਸ ਭਰਨ ਦਾ ਟਾਈਮ ਆ ਗਿਆ। ਤੁਸੀਂ ਆਪਣੇ ਟੈਕਸ ਪਰਪਸਸ ਲਈ ਸਿਰਫ ਕੇਪੀ ਅਕਾਊਂਟਿੰਗ ਵਾਲਿਆਂ ਕੋਲ ਹੀ ਜਾਣਾ। ਆ ਲਓ ਉਹਨਾਂ ਦਾ ਕਾਰਡ। ਆਰ ਯੂ ਸੈਟੀਸਫਾਈਡ ਨਾਓ? ਇਟਸ ਮੋਰ ਦੈਨ ਇਨਫ। ਕਪਿਲ ਜੀ ਯੂ ਆਰ ਦ ਬੈਸਟ। ਥੈਂਕ ਯੂ ਕਪਿਲ ਸਾਹਿਬ, ਤੁਸੀਂ ਤੇ ਕਮਾਲ ਕਰਦੇ ਹੋ। ਥੈਂਕ ਯੂ। ਥੈਂਕ ਯੂ ਵੈਰੀ ਮਚ। ਯੂ ਆਰ ਵਨ ਆਫ ਦ ਬੈਸਟ ਅਕਾਊਂਟੈਂਟਸ ਆਈ ਹੈਵ ਫਾਊਂਡ। ਕੇਪੀ ਅਕਾਊਂਟਿੰਗ ਐਂਡ ਟੈਕਸ ਸਰਵਿਸਿਜ਼ ਦਾ ਨਵਾਂ ਪਤਾ ਹੈ 9218 34th ਐਵੇਨਿਊ ਤੇ ਫੋਨ ਨੰਬਰ 7804692677। DPM ਫਾਈਨੈਂਸ਼ੀਅਲ ਗਰੁੱਪ, ਅਸੀਂ ਪੂਰੇ ਅਲਬਰਟਾ ਭਰ ਦੇ ਵਿੱਚ ਹੈਵੀ ਡਿਊਟੀ ਕਮਰਸ਼ੀਅਲ ਵਹੀਕਲ ਲਈ ਲੋਨ ਉਪਲਬਧ ਕਰਾਉਣ ਲਈ 4 ਲੋਕੇਸ਼ਨਾਂ ਤੇ ਤੁਹਾਡੀ ਸੇਵਾ ਕਰਦੇ ਹਾਂ। Whether you're buying from vendors anywhere in Canada, private sales or auctions, as we deal with many banks, many credit unions, life insurance companies to be able to get you the best terms as far as the lowest down, the best interest rates and the most flexibility on your leases or loans. DPM Financial Group. For your privacy, we can meet you anywhere. Je tuhadi money kitre stuck hoyi hai tan assi wapas mudwaun vich tuhadi madad kar sakde ha. Gal baat karo Jagjit Sidhu naal ja fir Jimmy Brad naal. DPM Financial Group. Looking for high quality, fully customizable windows and doors for your next project? Come visit Durabout Windows and Doors, where it's all about you. We value service, style, and innovation, and we'll work closely with you to help your vision come to life. With two convenient locations in Edmonton, our team will ensure your new windows and doors encourage friends and neighbors to take notice. Visit a design gallery today or schedule an in-home consultation. Call us at 1-800-544-3815 or visit our website at durabiltwindows.com. ਐਡਮਿੰਟਨ ਸ਼ਹਿਰ ਵਿੱਚ ਵਿਆਹ ਸ਼ਾਦੀ ਬਰਥਡੇ ਪਾਰਟੀ ਜਾਂ ਕਿਸੇ ਵੀ ਤਰ੍ਹਾਂ ਦੇ ਫੰਕਸ਼ਨ ਲਈ ਮਹਾਰਾਜਾ ਬੈਂਕਟ ਹਾਲ ਦਾ ਨਾਮ ਚੇਤੇ ਰੱਖੋ, ਜਿੱਥੇ 100 ਤੋਂ ਲੈ ਕੇ 1000 ਬੰਦਿਆਂ ਤੱਕ ਦੀ ਪਾਰਟੀ ਦਾ ਸ਼ਾਨਦਾਰ ਪ੍ਰਬੰਧ ਹੈ। ਫਰੈਂਡਲੀ ਸਰਵਿਸਿਜ਼ ਲਈ ਫੋਨ ਕਰੋ ਤਾਰਕ ਚੌਧਰੀ ਹੁਣਾਂ ਨੂੰ 7806957200 ਜਾਂ ਫੋਨ ਕਰੋ 7804969696। ਮਹਾਰਾਜਾ ਬੈਂਕਟ ਹਾਲ। ਬੌਸ ਲਿਕਵਰ, ਵਿਆਹ ਸ਼ਾਦੀ ਬਰਥਡੇ ਪਾਰਟੀ ਜਾਂ ਕਿਸੇ ਵੀ ਖੁਸ਼ੀ ਦੇ ਮੌਕੇ ਤੇ ਲੀਕੁਅਰ ਦੀਆਂ ਸੇਵਾਵਾਂ ਲਈ ਨਾ ਚੇਤੇ ਰੱਖੋ ਬੌਸ ਲਿਕੁਅਰ। ਇਹਨਾਂ ਕੋਲ ਬੀਅਰਸ ਅਤੇ ਵਾਈਨਸ ਦੀ ਬੇਸ਼ਮਾਰ ਕੁਲੈਕਸ਼ਨ ਹੈ, ਕੀਮਤਾਂ ਬਹੁਤ ਹੀ ਘੱਟ। ਬੌਸ ਲਿਕੁਅਰ ਹੁਣ 3 ਲੋਕੇਸ਼ਨਾਂ 'ਤੇ ਤੁਹਾਡੀ ਸੇਵਾ ਕਰਦਾ ਹੈ। ਵਧੇਰੇ ਡਿਸਕਾਊਂਟ ਲਈ ਅਤੇ ਵਧੇਰੇ ਜਾਣਕਾਰੀ ਵਾਸਤੇ ਫੋਨ ਕਰੋ ਗਗਨ ਵਿਧੂਣਾ ਨੂੰ 7808859155। ਬੌਸ ਲਿਕੁਅਰ। ਚਿਹਰੇ ਉੱਤੇ ਕਿਸੇ ਵੀ ਤਰ੍ਹਾਂ ਦੇ ਦਾਗ ਜਾਂ ਛਾਈਆਂ ਨਾਲ ਪਰੇਸ਼ਾਨ ਹੋ ਤਾਂ ਡਾਕਟਰ ਨਰਪਿੰਦਰ ਹੰਸ ਨੂੰ ਮਿਲੋ। ਡਾਕਟਰ ਹੰਸ ਜੋ ਕਿ ਸਕਿਨ ਕੇਅਰ ਲਈ ਕਈ ਸੇਵਾਵਾਂ ਪ੍ਰਦਾਨ ਕਰਦੇ ਹਨ ਜਿਵੇਂ ਕਿ ਬੋਟੌਕਸ, ਐਕਨੀ ਥੈਰੇਪੀ, ਬਲੂ ਯੂ, ਵੈਸਕੁਲਰ ਐਂਡ ਪਿਗਮੈਂਟਡ ਲੇਸ਼ਨਸ, ਲੇਜ਼ਰ ਹੇਅਰ ਰਿਮੂਵਲ, ਥਰਮਾਸ਼, ਮਾਈਕਰੋ ਲੇਜ਼ਰ ਪੀਲਸ, ਮੈਸੋਥੈਰੇਪੀ। ਮੈਡਰਬ੍ਰੁਕ ਲੇਜ਼ਰ ਸਕਿਨ ਕੇਅਰ ਕਲੀਨਿਕ, 3907 34th ਸਟ੍ਰੀਟ, ਫੋਨ ਨੰਬਰ 4400556। ਦੋਸਤੋ, ਵਤਨ ਟੀਵੀ ਪ੍ਰੋਗਰਾਮ ਦੇ ਵਿੱਚ ਜਿੱਥੇ ਤਾਂ ਅਸੀਂ ਕੈਨੇਡਾ ਦੇ ਹਾਲਾਤਾਂ ਦੀ ਗੱਲ ਕਰਦੇ ਹਾਂ, ਉੱਥੇ ਨਾਲ ਦੀ ਨਾਲ ਹੀ ਹਿੰਦੁਸਤਾਨ ਅਤੇ ਖਾਸ ਕਰ ਪੰਜਾਬ ਦੇ ਹਾਲਾਤਾਂ ਦੀ ਵੀ ਗੱਲ ਕਰਦੇ ਹਾਂ। ਪੰਜਾਬ ਦੇ ਹਾਲਾਤਾਂ ਤੋਂ ਤੁਸੀਂ ਆਪ ਸਭ ਜਾਣੂ ਹੋ ਕਿ ਕਿਸ ਤਰ੍ਹਾਂ ਦੇ ਹਾਲਾਤ ਪੰਜਾਬ ਦੇ ਵਿੱਚ ਬਣੇ ਹੋਏ ਨੇ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਨੂੰ ਬਰਕਰਾਰ ਰੱਖਣ ਵਾਸਤੇ ਪਿਛਲੇ ਦਿਨ ਜੋ ਸੰਘਰਸ਼ ਚੱਲ ਰਿਹਾ ਹੈ ਅਤੇ ਆਪ ਸਭ ਜਾਣਦੇ ਹੋ ਕਿ ਉਹਦੇ ਵਿੱਚ 2 ਸਿੰਘ ਵੀ ਸ਼ਹੀਦ ਹੋਏ ਨੇ। ਉਹਨਾਂ ਸਿੰਘਾਂ ਦੀ ਆਤਮਿਕ ਸ਼ਾਂਤੀ ਦੇ ਲਈ ਐਡਮਿੰਟਨ ਸ਼ਹਿਰ ਦੇ ਵਿੱਚ 3 ਗੁਰਦੁਆਰਾ ਸਾਹਿਬ, ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਗੁਰਦੁਆਰਾ ਮਿਲਵੋਟਸ ਅਤੇ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਸਿੱਖ ਸੁਸਾਇਟੀ ਵੱਲੋਂ ਸਾਂਝੇ ਤੌਰ 'ਤੇ ਅਖੰਡ ਪਾਠ ਆਰੰਭੇ ਗਏ ਅਤੇ ਪਿਛਲੇ ਦਿਨੀ ਉਹਨਾਂ ਦਾ ਭੋਗ ਪਾਇਆ ਗਿਆ। ਆਓ ਵੇਖਦੇ ਹਾਂ ਉਸ ਪ੍ਰੋਗਰਾਮ ਦੇ ਕੁਝ ਇੱਕ ਕਲਿੱਪਸ। ਅੱਜ
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸਾਰੇ ਗੁਰੂ ਘਰ ਇਕੱਠੇ ਹੋ ਕੇ ਜੋ ਪੰਥ ਅਤੇ ਭੀੜ ਬਣੀ ਹੈ, ਸਾਡੇ ਇਸ਼ਟ ਦੀ ਜੋ ਬੇਅਦਬੀ ਪੰਜਾਬ ਵਿੱਚ ਹੋ ਰਹੀ ਹੈ ਉਹਨੂੰ ਮੁੱਖ ਰੱਖ ਕੇ, ਔਰ ਉੱਥੇ ਜੋ ਸ਼ਾਂਤਮਈ ਰੋਸ ਮਾਰਚ ਵਿੱਚ ਸ਼ਾਮਿਲ ਹੋਏ ਸਿੰਘਾਂ 'ਤੇ ਗੋਲੀਆਂ ਚਲਾਈਆਂ ਔਰ ਦੋ ਸਿੰਘ ਸ਼ਹੀਦ ਹੋਏ, ਭਾਈ ਗੁਰਜੀਤ ਸਿੰਘ ਜੀ ਔਰ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ, ਉਹਨਾਂ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਸਾਰੇ ਗੁਰੂ ਘਰਾਂ ਨੇ ਰਲ ਕੇ ਕਰਵਾਏ ਹਨ। ਸਾਨੂੰ ਜੋ ਪੰਜਾਬ ਦੇ ਵਿੱਚ ਗੁਰੂ ਮਹਾਰਾਜ ਦੇ ਅਪਮਾਨ ਕੀਤੇ ਗਏ ਹਨ, ਉਹਨਾਂ ਦਾ ਜੋ ਦੁੱਖ ਹੈ, ਜੋ ਸਿੱਖ ਕੌਮ ਦੀ ਸਾਈਕੀ ਮਾਨਸਿਕਤਾ 'ਤੇ ਸੱਟ ਮਾਰੀ ਹੈ, ਜੋ ਪੰਥ ਨੂੰ ਚੈਲੰਜ ਕੀਤਾ ਗਿਆ ਹੈ, ਇਹਨਾਂ ਸਾਰੀਆਂ ਗੱਲਾਂ ਦਾ ਜੋ ਸਾਡੇ ਮਨ 'ਤੇ ਦੁੱਖ ਆ, ਉਸ ਨੂੰ ਪ੍ਰਗਟ ਕਰਨ ਲਈ ਸਾਡੇ ਕੋਲ ਸ਼ਬਦ ਨਹੀਂ ਹੈ। ਸਾਡੇ ਸਭ ਤੋਂ ਸਤਿਕਾਰਯੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜੋ ਸਿੱਖ ਕੌਮ ਦਾ ਸਭ ਕੁਛ ਹੀ ਹਨ, ਉਹਨਾਂ ਦੀ ਬੇਅਦਬੀ ਜਿਹੜੀ ਹੈ ਕੋਈ ਸਿੱਖ ਵੀ ਬਰਦਾਸ਼ਤ ਨਹੀਂ ਕਰ ਸਕਦਾ। ਜੋ ਗੁਰੂ ਸਾਹਿਬ ਦਾ ਘੋਰ ਅਪਮਾਨ ਹੋਇਆ ਅਤੇ ਨਿਰਦੋਸ਼ ਸਿੰਘਾਂ 'ਤੇ ਗੋਲੀਆਂ ਚਲਾਈਆਂ ਨੇ, ਇਹ ਸੰਘਰਸ਼ ਜੋ ਪੰਜਾਬ ਵਿੱਚ ਚੱਲ ਰਿਹਾ, ਅਸੀਂ ਸਾਰੇ ਇੱਕਜੁੱਟ ਹਾਂ, ਅਸੀਂ ਸਮੁੱਚੀ ਕੌਮ ਨਾਲ ਖੜ੍ਹੇ ਹਾਂ। ਜਿੰਨਾ ਚਿਰ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦਿੱਤੀਆਂ ਜਾਂਦੀਆਂ ਅਤੇ ਜਿਹੜੇ ਝੂਠੇ ਕੇਸ ਸਿੱਖ ਨੌਜਵਾਨਾਂ 'ਤੇ ਪਾਏ ਨੇ ਉਹ ਵਾਪਸ ਨਹੀਂ ਲਏ ਜਾਂਦੇ, ਉਹਨਾਂ ਚਿਰ ਅਸੀਂ ਸਮੁੱਚੇ ਖਾਲਸਾ ਪੰਥ ਨਾਲ ਇਸੇ ਤਰ੍ਹਾਂ ਖੜ੍ਹੇ ਰਹਾਂਗੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਰਕਤ ਹੈ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰਿਆਂ ਨੂੰ ਮੱਥਾ ਨਹੀਂ ਟੇਕਦੇ, ਸਿਆਹੀ ਨੂੰ ਮੱਥਾ ਨਹੀਂ ਟੇਕਦੇ, ਰੁਮਾਲਿਆਂ ਨੂੰ ਮੱਥਾ ਨਹੀਂ ਟੇਕਦੇ। ਮੱਥਾ ਟੇਕਦੇ ਹਾਂ ਅਸੀਂ ਉਸ ਗਿਆਨ ਨੂੰ, ਜੋ ਇਸ ਵਿੱਚ ਗਿਆਨ ਗੁਰੂ ਮਹਾਰਾਜ ਜੀ ਸਾਨੂੰ ਬਖਸ਼ਿਸ਼ ਕਰਕੇ ਗਏ ਹਨ। ਦੋਸਤੋ, ਪਿਛਲੇ ਦਿਨੀ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਵਿੱਚ ਭੂਚਾਲ ਨੇ ਬਹੁਤ ਤਬਾਹੀ ਮਚਾਈ, ਬਹੁਤ ਜਾਨੀ ਅਤੇ ਮਾਲੀ ਨੁਕਸਾਨ ਹੋਇਆ, ਅਤੇ ਜਦੋਂ ਇਸ ਤਰ੍ਹਾਂ ਦੀਆਂ ਕੁਦਰਤੀ ਆਫਤਾਂ ਆਉਂਦੀਆਂ ਨੇ ਅਤੇ ਪੂਰੀ ਦੁਨੀਆ ਦੇ ਵਿੱਚੋਂ ਮਦਦ ਮਿਲਦੀ ਹੈ, ਅਤੇ ਸਾਡੇ ਆਪਣੇ ਸ਼ਹਿਰ ਐਡਮਿੰਟਨ ਦੇ ਵਿੱਚੋਂ ਜਦੋਂ ਵੀ ਇਸ ਤਰ੍ਹਾਂ ਦੀ ਕੋਈ ਕੁਦਰਤੀ ਆਫਤ ਆਉਂਦੀ ਹੈ, ਮਹਾਰਾਜਾ ਬੈਂਕਟ ਹਾਲ ਦੇ ਮਾਲਕ ਤਾਰਕ ਚੌਧਰੀ ਹੁਣੀ, ਜੋ ਪਾਕਿਸਤਾਨ ਕੈਨੇਡਾ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਵੀ ਨੇ, ਉਹਨਾਂ ਵੱਲੋਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਚੰਦਾ ਇਕੱਠਾ ਕਰਕੇ ਉਹਨਾਂ ਮੁਲਕਾਂ ਨੂੰ ਭੇਜਿਆ ਜਾਂਦਾ ਜਿੱਥੇ ਕੁਦਰਤੀ ਆਫਤਾਂ ਆਉਂਦੀਆਂ ਨੇ। ਅੱਜ ਸਾਡੇ ਦਰਮਿਆਨ ਨੇ ਚੌਧਰੀ ਸਾਹਿਬ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਚੌਧਰੀ ਸਾਹਿਬ, ਜੋ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਵਿੱਚ ਇਹ ਭੂਚਾਲ ਆਇਆ, ਬਹੁਤ ਹੀ ਜਾਨੀ ਮਾਲੀ ਨੁਕਸਾਨ ਹੋਇਆ, ਉਹਦੇ ਬਾਰੇ ਆਪਾਂ ਕੁਛ ਕਰਨਾ ਚਾਹੁੰਦੇ ਹਾਂ, ਪਲੀਜ਼ ਸਾਡੇ ਦਰਸ਼ਕਾਂ ਦੇ ਨਾਲ ਇਹ ਵਿਚਾਰ ਆਪਣੇ ਸਾਂਝੇ ਕਰੋ ਜੀ। ਜੀ, ਇਹ ਜਿਹੜਾ ਭੂਚਾਲ ਆਇਆ ਹੈਗਾ, ਇਹ ਕਾਫੀ ਸਦਮੇ ਵਾਲੀ ਗੱਲ ਆ, ਕਾਫੀ ਦੁੱਖ ਆ ਸਾਰੀ ਕੌਮ ਨੂੰ, ਸਾਰੀ ਦੁਨੀਆਂ ਨੂੰ ਦੁੱਖ ਆ, ਵੀ ਜਿਹੜਾ ਨੁਕਸਾਨ ਹੋਇਆ, ਜਾਨੀ ਨੁਕਸਾਨ, ਮਾਲੀ ਨੁਕਸਾਨ ਸਭ ਲੋਕਾਂ ਦਾ ਹੋਇਆ। ਇਹਦੇ ਵਾਸਤੇ ਅਸੀਂ ਪੰਜਾਬੀ ਕਲਚਰ ਐਸੋਸੀਏਸ਼ਨ ਨਾਲ, ਆਪਣਾ ਵਤਨ ਟੀ ਵੀ ਨੇ ਜਿਹੜੀ ਕੋਸ਼ਿਸ਼ ਕੀਤੀ ਆ, ਉਹਨਾਂ ਦੀ ਸ਼ੁਰੂਆਤ ਨਾਲ ਭਾਜੀ ਗੁਰਪਿੰਦਰ ਹੁਣੀ, ਸਿੱਖ ਫੈਡਰੇਸ਼ਨ, ਇੰਡੀਆ ਕੌਂਸਲ ਅਤੇ ਬਾਕੀ ਸਾਰਾ ਭਾਈਚਾਰਾ, ਸਾਊਥ ਏਸ਼ੀਅਨ ਭਾਈਚਾਰਾ ਸਾਰਾ ਹੀ ਜਿਹੜਾ ਨਾ, ਉਹ ਰਲ ਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜੋ ਵੀ ਫੰਡ ਇਕੱਠੇ ਹੋਣ ਤਾਂ ਅਸੀਂ ਉਹ ਭੈਣ ਭਰਾਵਾਂ ਦੀ ਹੈਲਪ ਕਰ ਸਕੀਏ। ਉਂਝ ਜਿੰਨੇ ਵੀ ਫੰਡ ਹੋਣਗੇ ਉਹ ਸਾਰੇ ਦੇ ਸਾਰੇ ਉੱਥੇ ਜਾਣਗੇ, ਇੱਥੇ ਕੋਈ ਖਰਚਾ ਉਸ ਦਾ ਨਹੀਂ। ਚੌਧਰੀ ਸਾਹਿਬ, ਫਿਲਹਾਲ ਤਾਂ ਆਪਾਂ ਅਜੇ ਡਿਸਾਈਡ ਨਹੀਂ ਕਰ ਸਕਦੇ, ਜਿਹੜੇ ਆਉਂਦੇ ਪ੍ਰੋਗਰਾਮ ਨੇ ਅਤੇ ਵਤਨ ਟੀ ਵੀ ਦੇ, ਉਹਦੇ ਬਾਰੇ ਦੱਸਾਂਗੇ ਵੀ ਕੋਈ ਟੈਂਟੇਟਿਵ ਤਰੀਕ ਆਪਾਂ ਰੱਖ ਸਕਦੇ ਹਾਂ ਚੌਧਰੀ ਸਾਹਿਬ ਇਹ ਫੰਡ ਰੇਜ਼ ਕਰਨ ਵਾਸਤੇ? ਜੀ, ਨਵੰਬਰ 6 ਜਿਹੜਾ ਨਾ ਅਵੇਲੇਬਲ ਹੈਗਾ ਸਰ, ਉਸ ਦਿਨ ਸੋਚ ਰਿਹਾ ਵੀ ਉਹ ਕਰ ਲਈਏ ਤਾਂ ਜ਼ਿਆਦਾ ਅੱਛਾ ਰਹੇਗਾ। ਜੋ ਉੱਥੇ ਭੂਚਾਲ ਦੇ ਨਾਲ ਬਹੁਤ ਵੱਡਾ ਨੁਕਸਾਨ ਹੋਇਆ, ਜੋ ਜਾਨਾਂ ਗਈਆਂ ਅਤੇ ਜੋ ਮਾਲੀ ਨੁਕਸਾਨ ਹੋਇਆ, ਉਹਨੂੰ ਪੂਰਾ ਨਹੀਂ ਕਰ ਸਕਦੇ, ਪਰ ਆਪਾਂ ਜੋ ਅਕਾਲ ਪੁਰਖ ਨੇ, ਅੱਲਾਹ ਤਾਲਾ ਨੇ ਆਪਾਂ ਉਹਨੂੰ ਬਖਸ਼ਿਸ਼ ਕੀਤੀ ਆ, ਉਹਦੇ ਵਿੱਚੋਂ ਜਿਹੜੇ ਲੋੜਵੰਦ ਲੋਕ ਨੇ ਉਹਨਾਂ ਦੀ ਹੈਲਪ ਵਾਸਤੇ ਜ਼ਰੂਰ ਅੱਗੇ ਆ ਸਕਦੇ ਹਾਂ। ਆਪਾਂ ਇਸ ਮੁਲਕ ਦੇ ਵਿੱਚ ਬੈਠੇ ਹਾਂ, ਕੁਛ ਨਾ ਕੁਛ ਉਹਨਾਂ ਦੀ ਹੈਲਪ ਕਰ ਸਕਦੇ ਹਾਂ। ਤੁਸੀਂ ਵੀ ਆਪਣੇ ਦਸਾਂ ਦੀ ਕਿਰਤ ਦੇ ਵਿੱਚੋਂ ਜ਼ਰੂਰ ਇਸ ਮਹਾਨ ਕਾਰਜ ਦੇ ਵਿੱਚ ਯੋਗਦਾਨ ਪਾ ਕੇ ਲੋੜਵੰਦ ਲੋਕਾਂ ਦੀ ਸਹਾਇਤਾ ਵਾਸਤੇ ਅੱਗੇ ਆਓ। ਜੋ ਤਾਰਕ ਚੌਧਰੀ ਅਤੇ ਹੋਰ ਬਾਕੀ ਸਾਰੀਆਂ ਸੰਸਥਾਵਾਂ ਮਿਲ ਕੇ ਇਹ ਫੰਡ ਕਰ ਰਹੀਆਂ ਨੇ, 6 ਨਵੰਬਰ ਨੂੰ ਪ੍ਰੋਗਰਾਮ ਹੋ ਰਿਹਾ, ਤੁਸੀਂ ਇਹ 'ਚ ਵੱਧ ਤੋਂ ਵੱਧ ਪਹੁੰਚ ਕੇ, ਤੁਸੀਂ ਜੇ ਦੂਰ ਬੈਠੇ ਹੋ ਤਾਂ ਵੀ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਯੋਗਦਾਨ ਪਾ ਸਕਦੇ ਹੋ। ਬਹੁਤ ਬਹੁਤ ਧੰਨਵਾਦ ਸੰਧੂ ਸਾਹਿਬ। ਜਿਵੇਂ ਗੁਰਪਿੰਦਰ ਸਿੰਘ ਸੰਧੂ ਹੁਣਾਂ ਨੇ ਦੱਸਿਆ ਜਾਂ ਚੌਧਰੀ ਸਾਹਿਬ ਨੇ ਦੱਸਿਆ, ਅਸੀਂ ਪ੍ਰੈਸ ਕੌਂਸਲ ਆਫ ਐਡਮਿੰਟਨ ਵੱਲੋਂ ਵੀ ਇਹ ਆਪ ਸਾਹਿਬ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਇਸ ਕਾਰਜ ਦੇ ਵਿੱਚ ਤੁਸੀਂ ਵੱਧ ਚੜ੍ਹ ਕੇ ਹਿੱਸਾ ਪਾਓ, ਫੰਡ ਰੇਜ਼ ਕਰਨ ਦੇ ਵਿੱਚ ਸਾਡੀ ਹੈਲਪ ਕਰੋ। ਪੰਜਾਬੀ ਮੀਡੀਆ ਐਸੋਸੀਏਸ਼ਨ, ਪ੍ਰੈਸ ਕੌਂਸਲ ਆਫ ਐਡਮਿੰਟਨ, ਪੰਜਾਬੀ ਕਲਚਰਲ ਐਸੋਸੀਏਸ਼ਨ, ਸਿੱਖ ਫੈਡਰੇਸ਼ਨ ਆਫ ਐਡਮਿੰਟਨ, ਪਾਕਿਸਤਾਨ ਕੈਨੇਡਾ ਐਸੋਸੀਏਸ਼ਨ ਅਤੇ ਹੋਰ ਜਿੰਨੀਆਂ ਵੀ ਸੰਸਥਾਵਾਂ ਨੇ, ਅਸੀਂ ਆਪ ਸਾਹਿਬ ਨੂੰ ਇਹ ਬੇਨਤੀ ਕਰਦੇ ਹਾਂ ਕਿ ਇਸ ਕਾਰਜ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਓ। ਨਵਾਂ ਜਾਂ ਪੁਰਾਣਾ ਘਰ ਜਾਂ ਕੋਈ ਕਾਰੋਬਾਰ ਵੇਚਣਾ ਜਾਂ ਖਰੀਦਣਾ ਹੋਵੇ ਤਾਂ ਰਿਅਲਟੀ ਐਗਜ਼ੀਕਿਊਟਿਵ ਪੋਲਾਰਿਸ ਤੇ ਹਰਜੀਤ ਸੰਧੂ ਨਾਲ ਗੱਲ ਕਰੋ। ਭਰੋਸੇਮੰਦ, ਵਿਸ਼ਵਾਸ ਪਾਤਰ ਤੇ ਕਾਬਲ ਪਿਛਲੇ 12 ਸਾਲਾਂ ਤੋਂ ਆਪਣੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ। ਬਿਲਡਰਸ ਤੋਂ ਨਵਾਂ ਘਰ ਖਰੀਦਣ ਅਤੇ ਮੋਰਗੇਜ ਵਗੈਰਾ ਲਈ ਵੀ ਤੁਹਾਡੀ ਪੂਰੀ ਤਰ੍ਹਾਂ ਸਹਾਇਤਾ ਕਰ ਸਕਦੇ ਨੇ।
अपने घर की फ्री मार्केट इवैल्यूएशन लिए आज ही हरजीत संधू नू फोन करो 780-233-3100 या फिर विजिट harjeetsandhu.com। अपने सपनों के घर की चाबी लो हरजीत संधू तो। Looking for high-quality, fully customizable windows and doors for your next project? Come visit Durabilt Windows and Doors, where it's all about you. We value service, style, and innovation, and we'll work closely with you to help your vision come to life. With two convenient locations in Edmonton, our team will ensure your new windows and doors encourage friends and neighbors to take notice. Visit a design gallery today or schedule an in-home consultation. Call us at 1-800-544-3815 or visit our website at durabiltwindows.com. G Driving School ਚ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਕੋਰਸ ਕਰਵਾਏ ਜਾਂਦੇ ਨੇ। ਹਰ ਤਰ੍ਹਾਂ ਦੇ ਡਰਾਈਵਿੰਗ ਲਾਇਸੈਂਸ ਦੀ ਤਸੱਲੀ ਬਖਸ਼ ਤਿਆਰੀ ਕਰਵਾਈ ਜਾਂਦੀ ਹੈ। ਅੰਗਰੇਜ਼ੀ, ਪੰਜਾਬੀ, ਹਿੰਦੀ ਤੇ ਉਰਦੂ ਬੋਲਣ ਲਈ ਸਰਟੀਫਾਈਡ ਮੇਲ ਤੇ ਫੀਮੇਲ ਇੰਸਟ੍ਰਕਟਰ ਨੇ। ਇੰਸ਼ੋਰੈਂਸ ਰੇਟ ਕੱਟ ਕਰਾਉਣ ਲਈ ਡਿਫੈਂਸਿਵ ਡਰਾਈਵਿੰਗ ਦੇ ਕੋਰਸ ਵੀ ਕਰਵਾਏ ਜਾਂਦੇ ਨੇ। ਗੋ ਸਾਊਥ ਔਰ ਨਾਰਥ, ਈਸਟ ਔਰ ਵੈਸਟ, ਜੀ ਡਰਾਈਵਿੰਗ ਸਕੂਲ ਐਂਡ ਕੁਰਚਾਨ ਕਰਚਾ ਆਰ ਦਾ ਬੈਸਟ। ਯੂ ਆਰ ਆਲਵੇਜ਼ ਵੈਲਕਮ ਟੂ ਜੀ ਡਰਾਈਵਿੰਗ ਸਕੂਲ। ਡਰਾਈਵਿੰਗ ਸਕੂਲ। ਨਵਾਂ ਜਾਂ ਪੁਰਾਣਾ ਘਰ ਜਾਂ ਕੋਈ ਕਾਰੋਬਾਰ ਵੇਚਣਾ ਜਾਂ ਖਰੀਦਣਾ ਹੋਵੇ ਤਾਂ ਰਿਅਲਟੀ ਐਗਜ਼ੀਕਿਊਟਿਵ ਪੋਲਾਰਿਸ ਤੇ ਹਰਜੀਤ ਸੰਧੂ ਨਾਲ ਗੱਲ ਕਰੋ। ਭਰੋਸੇਮੰਦ, ਵਿਸ਼ਵਾਸ ਪਾਤਰ ਤੇ ਕਾਬਲ ਪਿਛਲੇ 12 ਸਾਲਾਂ ਤੋਂ ਆਪਣੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ। ਬਿਲਡਰਸ ਤੋਂ ਨਵਾਂ ਘਰ ਖਰੀਦਣ ਅਤੇ ਮੋਰਗੇਜ ਵਗੈਰਾ ਲਈ ਵੀ ਤੁਹਾਡੀ ਪੂਰੀ ਤਰ੍ਹਾਂ ਸਹਾਇਤਾ ਕਰ ਸਕਦੇ ਨੇ। ਆਪਣੇ ਘਰ ਦੀ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਅੱਜ ਹੀ ਹਰਜੀਤ ਸੰਧੂ ਨੂੰ ਫੋਨ ਕਰੋ 780-233-3100 ਜਾਂ ਫਿਰ ਵਿਜ਼ਿਟ harjeetsandhu.com। ਆਪਣੇ ਸੁਪਨਿਆਂ ਦੇ ਘਰ ਦੀ ਚਾਬੀ ਲਓ ਹਰਜੀਤ ਸੰਧੂ ਤੋਂ। ਕਾਰ ਐਕਸੀਡੈਂਟ, ਇਮੀਗ੍ਰੇਸ਼ਨ ਦਾ ਕੋਈ ਵੀ ਕੰਮ ਹੋਵੇ, ਤੁਸੀਂ ਕਿਸੇ ਵੀ ਕਿਸਮ ਦੀ ਪ੍ਰੋਪਰਟੀ ਖਰੀਦਣੀ ਜਾਂ ਵੇਚਣੀ ਹੋਵੇ, ਭਰੋਸੇਯੋਗ ਅਤੇ ਸਿਆਣੇ ਬਰਿਸਟਰ ਅਤੇ ਸੋਲਿਸਟਰ ਸਰਜਨ ਲੂਥਰਾ ਹੋਰਾਂ ਨੂੰ ਹਮੇਸ਼ਾ ਯਾਦ ਰੱਖੋ। ਤੁਹਾਡੀ ਕੋਈ ਵੀ ਕਾਨੂੰਨੀ ਸਮੱਸਿਆ ਲਈ ਤੁਸੀਂ ਆਪਣੇ ਸਰਜਨ ਲੂਥਰਾ ਨੂੰ ਹਮੇਸ਼ਾ ਯਾਦ ਰੱਖੋ। ਇਨ ਕੇਸ ਤੁਹਾਨੂੰ ਸਾਡੀ ਹੈਲਪ ਦੀ ਜ਼ਰੂਰਤ ਹੋਵੇ ਤਾਂ ਵੀ ਆਰ ਆਲਵੇਜ਼ ਐਟ ਯੂਅਰ ਸਰਵਿਸ। ਯੂ ਕੈਨ ਕਾਲ ਮੀ ਐਨੀ ਟਾਈਮ। ਮਾਈ ਫੋਨ ਨੰਬਰ ਇਜ਼ 780-466-4660। ਮੇਰੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਆਪਣੇ ਸਾਰੇ ਕਲਾਇੰਟਸ ਨੂੰ ਸੈਟਿਸਫਾਈਡ ਤੇ ਖੁਸ਼ ਦੇਖਾਂ। ਜੀ ਹਾਂ, ਤੁਹਾਡੀਆਂ ਸਮੱਸਿਆਵਾਂ ਦਾ ਹੱਲ ਲੂਥਰਾ ਲਾ ਆਫਿਸ, ਪੰਜਾਬ ਮਨੀ ਐਕਸਚੇਂਜ। ਇੰਡੀਆ ਕਿਸੇ ਵੀ ਜਗ੍ਹਾ ਪੈਸੇ ਭੇਜਣੇ ਹੋਣ 24 ਘੰਟੇ ਵਿੱਚ ਪਹੁੰਚ ਜਾਣਗੇ। ਇੰਡੀਆ ਤੋਂ ਜਲਦੀ ਪੈਸੇ ਮੰਗਵਾਉਣੇ ਹੋਣ ਜਾਂ ਭੇਜਣੇ ਹੋਣ ਤਾਂ ਪੰਜਾਬ ਮਨੀ ਐਕਸਚੇਂਜ ਦੇ ਬਿਕਰ ਗਿੱਲ ਹੁਣ ਦਾ ਨਾਂ ਚੇਤੇ ਰੱਖੋ। ਫੋਨ ਨੰਬਰ 780-993-1463। ਮੈਂ ਹਾਂ ਨਾ, ਪੰਜਾਬ ਮਨੀ ਐਕਸਚੇਂਜ। ਅਤੇ ਦੋਸਤੋ, ਇਹ ਸੀ ਸਾਡਾ ਅੱਜ ਦਾ ਵਤਨ ਟੀ ਵੀ ਪ੍ਰੋਗਰਾਮ। ਹੁਣ ਸਮਾਂ ਹੁੰਦਾ ਹੈ ਤੁਹਾਤੋਂ ਆਗਿਆ ਲੈਣ ਦਾ। ਜਾਂਦੇ ਜਾਂਦੇ ਇੱਕ ਗੀਤ ਤੁਹਾਡੇ ਨਾਲ ਸਾਂਝਾ ਕਰਾਂਗੇ। ਅੱਜ ਦਾ ਇਹ ਪ੍ਰੋਗਰਾਮ ਕਿਵੇਂ ਲੱਗਾ ਕੁੱਲ ਮਿਲਾ ਕੇ ਜ਼ਰੂਰ ਦੱਸਣਾ। ਸਾਡਾ ਫੋਨ ਨੰਬਰ 780-233-3100 ਅਤੇ ਈਮੇਲ ਐਡਰੈਸ watantv@live.com। ਅਗਲੇ ਹਫ਼ਤੇ ਫਿਰ ਮਿਲਦੇ ਹਾਂ। ਉਦੋਂ ਤੱਕ ਤੁਹਾਡਾ ਸਾਡਾ ਸਾਰਿਆਂ ਦਾ ਹੀ ਰੱਬ ਰਾਖਾ। ਮਹਾਰਾਜਾ ਟੈਨੂ ਸਾਡਾ